ਪੁਲਿਸ ਕੋਲ ਇੱਕ ਸ਼ਾਈਨ ਮੈਡੀਕਲ ਏਜੰਸੀ ਹੈ, ਇਹ ਦੁਰਗਾ ਨਗਰੀ ਦੇ ਵਿੱਚ ਹੈ। ਇਹਦੀ ਕੰਪਲੇਂਟ ਸੀ ਕਾਫੀ ਟਾਈਮ ਤੋਂ ਪੁਲਿਸ ਕੋਲ, ਅਤੇ ਇਹਦੀ ਜੁਆਇੰਟਲੀ ਅਸੀਂ ਐਸ ਐਚ ਓ ਸਾਹਿਬ ਨਾਲ ਚੈਕਿੰਗ ਕੀਤੀ। ਚੈਕਿੰਗ ਦੇ ਦੌਰਾਨ ਇਹਨਾਂ ਕੋਲੋਂ 6600 ਕੈਪਸੂਲ ਬਰਾਮਦ ਹੋਇਆ ਟੋਟਲ, ਜਿਹਦੇ ਵਿੱਚ 1700 ਹੈਗੇ 250 ਐਮ ਜੀ ਦੇ, ਬਾਕੀ 5900 ਹੋ ਗਏ 300 ਐਮ ਜੀ ਦੇ ਕੈਪਸੂਲ ਹੈ। ਰੀਗਾ ਵਾਲੀ ਨੇ ਸਾਰੇ ਮਿਸਯੂਜ਼ ਲਈ ਵਰਤੇ ਜਾਂਦੇ। ਹਾਂ, ਇਸ ਤੋਂ ਅੱਜ ਤੋਂ ਸਰ ਅਗਸਤ ਜਾਂ ਸੈਪਟੈਂਬਰ ਦੇ ਵਿੱਚ ਕੈਪਸੂਲ ਫੜੇ ਸੀਗੇ, ਅਤੇ ਮਹੀਨਾ ਇਹਦਾ ਸਸਪੈਂਡ ਰੱਖਿਆ ਸੀ ਆਪਾਂ ਲਾਇਸੈਂਸ ਜਿਹੜੇ ਵਿਦਾਊਟ ਬਿਲਸ ਜਿਹਦੇ ਇਹ ਕਈ ਕਾਫੀ ਇਹਨਾਂ ਨੂੰ ਮੈਡੀਸਨ ਭਾਰੀ ਮਾਤਰਾ ਚ ਮਿਲਦੀ ਜਿਹਦਾ ਇਹ ਕੰਪਲੇਸ਼ਨ ਕਰ ਸਕਦੇ ਮਸ਼ੀਨ ਕੀਤਾ ਅਤੇ ਇਹਦਾ ਮੈਡੀਕਲ ਖਿਲਾਫ ਇਹਦੇ 'ਚ ਕੋਈ ਕ੍ਰਿਮੀਨਲ ਅਫੈਂਸ ਪਾਇਆ ਜਾਂਦਾ ਨਹੀਂ ਹੈਗਾ ਤਾਂ ਅਸੀਂ ਹੁਣ ਜਿਹੜੇ ਜਿਹੜਾ ਦੋ ਤਿੰਨ ਕਾਰਟਨ ਜਿਹੜੇ ਵੱਡੇ ਬਾਕਸ ਕਾਫੀ ਹੈਵੀ ਰਿਕਵਰੀ ਪਹਿਲਾਂ ਸ਼ਾਈਨ ਮੈਡੀਕਲ ਤੋਂ ਹੋਈ ਹੈ, ਇਹਦੇ ਕੋਲ ਵੀ ਰਿਕਵਰੀ ਜਿਹੜੇ ਲੂਜ਼ ਕੈਪ ਜਾਂ ਲੂਜ਼ ਟੈਬਲੇਟ ਸੀ ਉਹ ਰਿਕਵਰ ਹੋਊਗੇ ਲਾਇਸੈਂਸ ਤੋਂ ਇੱਥੇ ਸੇਲ ਕਰ ਇਨਫੋਰਮੇਸ਼ਨ ਸੀ। ਇਸ ਤੋਂ ਅਸੀਂ ਲੂਜ਼ ਟੈਬਲੇਟਸ ਜਿਹੜੀਆਂ ਹੈਗੀਆਂ ਇਲੀਗਲ ਕਰ ਸਕੀਏ, ਉਸ ਨੂੰ ਅਸੀਂ ਹਰਾਸ 'ਚ ਲੈ ਕੇ ਪਰਚੇਸ ਕਰਕੇ ਪੁਲਿਸ ਕੋਲ ਇੱਕ ਸ਼ਾਈਨ ਮੈਡੀਕਲ ਏਜੰਸੀ ਹੈ, ਇਹ ਦੁਰਗਾ ਨਗਰੀ ਦੇ ਵਿੱਚ ਹੈ। ਇਹਦੀ ਕੰਪਲੇਂਟ ਸੀ ਕਾਫੀ ਟਾਈਮ ਤੋਂ ਪੁਲਿਸ ਕੋਲ, ਅਤੇ ਇਹਦੀ ਜੁਆਇੰਟਲੀ ਅਸੀਂ ਐਸ ਐਚ ਓ ਸਾਹਿਬ ਨਾਲ ਚੈਕਿੰਗ ਕੀਤੀ। ਚੈਕਿੰਗ ਦੇ ਦੌਰਾਨ ਇਹਨਾਂ ਕੋਲੋਂ 6600 ਕੈਪਸੂਲ ਬਰਾਮਦ ਹੋਇਆ ਟੋਟਲ, ਜਿਹਦੇ ਵਿੱਚ 1700 ਹੈਗੇ 250 ਐਮ ਜੀ ਦੇ, ਬਾਕੀ 5900 ਹੋ ਗਏ 300 ਐਮ ਜੀ ਦੇ ਕੈਪਸੂਲ ਹੈ। ਰੀਗਾ ਵਾਲੀ ਨੇ ਸਾਰੇ ਮਿਸਯੂਜ਼ ਲਈ ਵਰਤੇ ਜਾਂਦੇ। ਹਾਂ, ਇਸ ਤੋਂ ਅੱਜ ਤੋਂ ਸਰ ਅਗਸਤ ਜਾਂ ਸੈਪਟੈਂਬਰ ਦੇ ਵਿੱਚ ਕੈਪਸੂਲ ਫੜੇ ਸੀਗੇ, ਅਤੇ ਮਹੀਨਾ ਇਹਦਾ ਸਸਪੈਂਡ ਰੱਖਿਆ ਸੀ ਆਪਾਂ ਲਾਇਸੈਂਸ ਉੱਥੇ ਰੇਡ ਕੀਤਾ ਗਿਆ ਜਿਸ 'ਚ ਸਾਨੂੰ ਭਾਰੀ ਮਾਤਰਾ ਸੀ ਜਿਹੜੀ ਹੈਗੀ ਹੈ ਵਿਦਾਊਟ ਬਿਲਸ ਤੋਂ ਅਤੇ ਜਿਹੜੀ ਮੈਡੀਸਨ 'ਚ ਕਵਰ ਹੋਈ ਹੈ ਕਾਰਨ ਬਲਦੀ ਕੀਤਾ ਮੈਡੀਕਲ ਸੀਨ ਕਰਕੇ ਜਿਹੜੇ ਵੀ ਇਹਦੇ ਅੱਗੇ ਬਲਦੀ ਕਰ ਜਿਹੜੇ ਵਿਦਾਊਟ ਬਿਲਸ ਜਿਹਦੇ ਇਹ ਕਈ ਕਾਫੀ ਇਹਨਾਂ ਨੂੰ ਮੈਡੀਸਨ ਭਾਰੀ ਮਾਤਰਾ 'ਚ ਮਿਲਦੀ ਜਿਹਦਾ ਇਹ ਕੰਪਲੇਸ਼ਨ ਕਰ ਸਕਦੇ ਉਸ ਨੂੰ ਸੀਨ ਕੀਤਾ ਅਤੇ ਇਹਦਾ ਮੈਡੀਕਲ ਖਿਲਾਫ ਇਹਦੇ 'ਚ ਕੋਈ ਕ੍ਰਿਮੀਨਲ ਅਫੈਂਸ ਪਾਇਆ ਜਾਂਦਾ ਨਹੀਂ ਹੈਗਾ ਤਾਂ ਅਸੀਂ ਹੁਣ ਜਿਹੜੇ ਜਿਹੜਾ ਦੋ ਤਿੰਨ ਕਾਰਟਨ ਜਿਹੜੇ ਵੱਡੇ ਬਾਕਸ ਕਾਫੀ ਹੈਵੀ ਰਿਕਵਰੀ ਪਹਿਲਾਂ ਸ਼ਾਈਨ ਮੈਡੀਕਲ ਤੋਂ ਹੋਈ ਹੈ, ਇਹਦੇ ਕੋਲ ਵੀ ਰਿਕਵਰੀ ਜਿਹੜੇ ਲੂਜ਼ ਕੈਪ ਜਾਂ ਲੂਜ਼ ਟੈਬਲੇਟ ਸੀ ਉਹ ਰਿਕਵਰ ਹੋਊਗੇ ਜਿਹੜਾ ਵਿਦਾਊਟ ਇਹ ਲਾਇਸੈਂਸ ਤੋਂ ਇੱਥੇ ਸੇਲ ਕਰ ਸੀਕ੍ਰੇਟ ਇਨਫੋਰਮੇਸ਼ਨ ਸੀ। ਇਸ ਤੋਂ ਅਸੀਂ ਲੂਜ਼ ਟੈਬਲੇਟਸ ਜਿਹੜੀਆਂ ਹੈਗੀਆਂ ਇਲੀਗਲ ਕਰ ਸਕੀਏ, ਉਸ ਨੂੰ ਅਸੀਂ ਹਰਾਸ 'ਚ ਲੈ ਕੇ ਪਰਚੇਸ ਕਰਕੇ